ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਇਸ YouTube ਚੈਨਲ ਦੇ ਵਿੱਚ। ਅੱਜ ਆਪਾਂ ਮਿਕਸ ਵੈਜ ਸੈਂਡਵਿਚ ਬਣਾਵਾਂਗੇ। ਉਹਦੇ ਲਈ ਮੈਂ ਇਹ ਕੁਛ ਫ੍ਰੈਂਚ ਬੀਨ ਲਈਆਂ ਨੇ, ਪਿਆਜ਼ ਲਿਆ ਅਤੇ ਪੱਤਾ ਗੋਭੀ ਲਈ ਆ ਆਪਾਂ ਨੇ, ਅਤੇ ਗਾਜਰ ਕੱਦੂਕਸ ਕਰਕੇ ਲਈ ਆ ਇੱਕ। ਤੁਸੀਂ ਕੋਈ ਵੀ ਵੈਜੀਟੇਬਲ ਆਪਣੇ ਯੂਜ਼ ਕਰ ਸਕਦੇ ਹੋ। ਅਤੇ ਉਬਲੇ ਹੋਏ ਆਲੂ ਲਏ ਨੇ ਦੋ। ਪਹਿਲਾਂ ਪੈਨ ਨੂੰ ਗਰਮ ਕਰਾਂਗੇ, ਇਹਦੇ ਵਿੱਚ ਮੱਖਣ ਪਾਵਾਂਗੇ। ਹੁਣ ਇਹਦੇ ਵਿੱਚ ਆਪਾਂ ਪਿਆਜ਼ ਪਾ ਲਾਂਗੇ। ਪਿਆਜ਼ ਨੂੰ ਆਪਾਂ ਹਲਕਾ ਜਿਹਾ ਕੁਛ ਸੈਕਿੰਡਾਂ ਲਈ ਰੋਸਟ ਕਰਾਂਗੇ। ਪਿਆਜ਼ ਨੂੰ ਆਪਾਂ ਬਸ 1 ਮਿੰਟ ਲਈ ਫਰਾਈ ਕਰਾਂਗੇ। ਕਿਸੇ ਵੀ ਚੀਜ਼ ਨੂੰ ਆਪਾਂ ਓਵਰ ਕੁੱਕ ਨਹੀਂ ਕਰਨਾ ਹੈਗਾ। ਨਾਲ ਦੀ ਨਾਲ ਹੁਣ ਆਪਾਂ ਬੀਨਸ ਵੀ ਪਾ ਦਾਂਗੇ, ਕਿਉਂਕਿ ਇਹਨਾਂ ਨੂੰ ਪੱਕਣ ਨੂੰ ਥੋੜ੍ਹਾ ਜਿਹਾ ਟਾਈਮ ਲੱਗੂਗਾ, ਇਸ ਲਈ ਆਪਾਂ ਬਸ 1 ਮਿੰਟ ਲਈ ਇਹਨਾਂ ਨੂੰ ਵੀ ਨਾਲ ਹੀ ਫਰਾਈ ਕਰ ਲਾਂਗੇ। ਇੱਕ ਛੋਟੀ ਹਰੀ ਮਿਰਚ ਲਈ ਹੈ ਕੱਟ ਕੇ, ਇਹ ਪਾ ਦਾਂਗੇ। ਗਾਜਰ ਅਤੇ ਪੱਤਾ ਗੋਭੀ ਵੀ ਪਾ ਦਾਂਗੇ। ਇੱਕ ਮਿੰਟ ਲਈ ਹੁਣ ਇਹਨੂੰ ਫਰਾਈ ਕਰਾਂਗੇ ਆਪਾਂ। ਆਪਾਂ ਉਬਲੇ ਹੋਏ ਆਲੂ ਵੀ ਪਾ ਦਾਂਗੇ ਵਿੱਚ। ਫਲੇਮ ਆਪਾਂ ਨੇ ਹਾਈ ਰੱਖੀ ਹੈ ਸਾਰੀ ਕੁਕਿੰਗ ਦੇ ਵਿੱਚ। ਨਮਕ ਪਾ ਦਾਂਗੇ ਸਵਾਦ ਅਨੁਸਾਰ, ਆਪਾਂ ਥੋੜ੍ਹਾ ਜਿਹਾ ਜੀਰਾ ਪਾਊਡਰ ਪਾ ਦਾਂਗੇ, ਚਮਚ ਦਾ ਚੌਥਾ ਹਿੱਸਾ ਕਾਲੀ ਮਿਰਚ ਪਾ ਦਾਂਗੇ, ਮਿਕਸ ਕਰ ਲਾਂਗੇ ਇਹਨਾਂ ਨੂੰ। ਅੱਧਾ ਕੁ ਚਮਚ ਚਿੱਲੀ ਫਲੇਕਸ ਪਾ ਦਾਂਗੇ, ਅੱਧਾ ਚਮਚ ਓਰੀਗੈਨੋ ਦਾ ਪਾਵਾਂਗੇ। ਸਾਰੀਆਂ ਚੀਜ਼ਾਂ ਮਿਕਸ ਕਰ ਲੈਂਦੇ ਹਾਂ ਅਤੇ ਗੈਸ ਨੂੰ ਬੰਦ ਕਰ ਦਾਂਗੇ। 1 ਟੇਬਲ ਸਪੂਨ ਅਮੂਲ ਦੀ ਕਰੀਮ ਪਾ ਦਾਂਗੇ, ਮਿਕਸ ਕਰ ਦਾਂਗੇ ਵਿੱਚ। ਦੁੱਧ ਦੀ ਮਲਾਈ ਵੀ ਪਾ ਸਕਦੇ ਹੋ ਤੁਸੀਂ, ਜੇ ਕਰੀਮ ਨਾ ਹੋਵੇ ਤਾਂ ਦੁੱਧ ਦੀ ਮਲਾਈ ਵੀ ਪਾਈ ਜਾ ਸਕਦੀ ਆ, ਇਹਦੇ ਨਾਲ ਟੇਸਟ ਹੈ ਜਿਹੜਾ ਬਹੁਤ ਵਧੀਆ ਇਨਹੈਂਸ ਹੋ ਜਾਊਗਾ। 1 ਬ੍ਰੈਡ ਦਾ ਪੀਸ ਲਵਾਂਗੇ, ਇਹ 'ਤੇ ਟਮੈਟੋ ਕੈਚਅਪ ਲਾ ਦਾਂਗੇ। ਆਪਣੀ ਪਸੰਦ ਦੇ ਅਨੁਸਾਰ ਕੋਈ ਵੀ ਚਟਨੀ ਲਾਈ ਜਾ ਸਕਦੀ ਆ, ਹਰੀ ਚਟਨੀ ਲਾਓ ਤੁਸੀਂ, ਕੋਈ ਕੋਕੋਨਟ ਦੀ ਚਟਨੀ ਲਾਓ, ਜੋ ਵੀ ਤੁਹਾਨੂੰ ਪਸੰਦ ਹੈ ਉਹ ਲਾ ਸਕਦੇ ਆ। ਜਿਹੜਾ ਆਪਾਂ ਮਟੀਰੀਅਲ ਬਣਾਇਆ ਹੈ ਇਹ ਪਾ ਦਾਂਗੇ, ਕਾਫੀ ਸਾਰਾ ਸਟਫਿੰਗ ਕਾਫੀ ਸਾਰੀ ਲਾਵਾਂਗੇ। ਹੁਣ ਆਪਾਂ ਇਹਦੇ ਉੱਤੇ ਕੁਛ ਟਮਾਟਰ ਰੱਖ ਦਾਂਗੇ, ਪਤਲੇ ਪਤਲੇ ਕੱਟ ਕੇ ਖੀਰੇ ਰੱਖਾਂਗੇ। ਦੂਜੇ ਪੀਸ ਦੇ ਉੱਤੇ ਆਪਾਂ ਮੇਅਨੀਜ਼ ਲਾਵਾਂਗੇ। ਇਹਦੇ ਉੱਪਰ ਥੋੜ੍ਹਾ ਚਾਟ ਮਸਾਲਾ ਪਾ ਦਾਂਗੇ ਤਾਂ ਕਿ ਫਿੱਕਾ ਨਾ ਲੱਗੇ। ਹੁਣ ਆਪਾਂ ਇਹਨੂੰ ਇਹ ਪੀਸ ਉੱਪਰ ਰੱਖ ਦਾਂਗੇ, ਹਲਕਾ ਜਿਹਾ ਦਬਾਵਾਂਗੇ। ਅਤੇ ਇੱਧਰ ਪੈਨ ਗਰਮ ਕਰ ਲਿਆ ਆਪਾਂ ਨੇ, ਪੈਨ ਦੇ ਉੱਤੇ ਥੋੜ੍ਹਾ ਮੱਖਣ ਲਾਵਾਂਗੇ। ਮੱਖਣ ਕਿਉਂਕਿ ਪਿਘਲਿਆ ਨਹੀਂ ਹੋਇਆ ਸਰਦੀ ਕਰਕੇ, ਇਸ ਲਈ ਆਪਾਂ ਪੈਨ ਦੇ ਉੱਤੇ ਹੀ ਇਹਨੂੰ ਲਾ ਲੈਂਦੇ ਹਾਂ, ਨਹੀਂ ਤਾਂ ਬ੍ਰੈਡ ਦੇ ਉੱਤੇ ਵੀ ਤੁਸੀਂ ਲਾ ਲਓ। ਅਤੇ ਹੁਣ ਪੀਸ ਰੱਖ, ਬਿਲਕੁਲ ਸਲੋ ਆਂਚ ਦੇ ਉੱਤੇ ਆਪਾਂ ਇਹਨੂੰ ਹਲਕਾ ਹਲਕਾ ਦਬਾਉਂਦੇ ਹੋਏ ਸੇਕ ਲਾਂਗੇ। ਇੱਕ ਸਾਈਡ ਤੋਂ ਬਰਾਊਨ ਹੋ ਗਈ ਆਪਣੀ, ਹਲਕਾ ਹਲਕਾ ਦਬਾਉਂਦੇ ਹੋਏ ਆਪਾਂ ਸਲੋ ਆਂਚ ਦੇ ਉੱਤੇ ਦੂਜੀ ਸਾਈਡ ਵੀ ਬਰਾਊਨ ਕਰ ਲਾਂਗੇ। ਦੂਸਰਾ ਪੀਸ ਵੀ ਆਪਾਂ ਇਸੇ ਤਰੀਕੇ ਨਾਲ ਸੈਂਪਲ ਕਰ ਲਿਆ, ਉਹਨੂੰ ਵੀ ਨਾਲ ਹੀ ਸੇਕ ਲਾਂਗੇ। ਦੋਵੇਂ ਤਰਫ ਤੋਂ ਬਰਾਊਨ ਹੋ ਗਿਆ, ਤਾਂ ਪਲੇਟਸ ਕੱਢ ਲਾਂਗੇ। ਹੁਣ ਇੱਕ ਪੀਸ ਮੈਂ ਤੁਹਾਨੂੰ ਕੱਟ ਕੇ ਦਿਖਾਉਂਦੀ ਹਾਂ। ਬਹੁਤ ਹੀ ਸਵਾਦਿਸ਼ਟ ਮਿਕਸ ਵੈਜ ਸੈਂਡਵਿਚ ਬਣ ਕੇ ਤਿਆਰ ਹੋਈ ਹੈ ਫਰੈਂਡ, ਤੁਸੀਂ ਵੀ ਇੱਦਾਂ ਹੀ ਬਣਾ ਕੇ ਦੇਖਿਓ। ਜੇ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਸ਼ੇਅਰ ਕਰਿਓ, ਲਾਈਕ ਕਰਿਓ। ਥੈਂਕ ਯੂ ਜੀ।